ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਕੁਲਵੰਤ ਸਿੰਘ ਮਹਾਲੀ ਅੱਜ ਅਸੀਂ ਇੱਕ ਅਜਿਹੇ ਮਾਮਲੇ ਦੇ ਵਿੱਚ ਤੁਹਾਡੀ ਗੱਲਬਾਤ ਕਰਾਦੇ ਹਾਂ ਮਾਮਲਾ ਜਿਹੜਾ ਪਿਛਲੇ ਅਗਸਤ ਮਹੀਨੇ ਤੋਂ ਜਿਹੜਾ ਚਰਚਾ ਦੇ ਵਿੱਚ ਹੈ ਜਿਵੇਂ ਕਿ ਅਸੀਂ ਜਾਣਕਾਰੀ ਤੁਹਾਡੀ ਦੱਸਦੇ ਹਾਂ ਕਿ ਅਗਸਤ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਪਿੰਡ ਦੇ ਐਸਸੀ ਜਿਹੜੀ ਵਰਗ ਦੇ ਲੋਕਾਂ ਦੀ ਸਮਸ਼ਾਨ ਘਾਟਾ ਉਹਦੇ ਵਿੱਚ ਜੀਵੀਦਾਰ ਵਰਗ ਦੇ ਵੱਲੋਂ ਮਰਤਕ ਜਿਹੜੇ ਪਸ਼ੂ ਨੇ ਜਬਰੀ ਸੁੱਟਣ ਦੇ ਨਾਲ ਕਾਫੀ ਵਿਵਾਦ ਜਿਹੜਾ ਪੂਰਨ ਇਹ ਮਾਮਲਾ ਹੋ ਚੁੱਕਾ ਤੀ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਵਿਰੋਧ ਕਰਨ ਦੇ ਜਿਹੜੇ ਲੋਕ ਕਬਾਲੇ ਲੋਕ ਤੇ ਐਸਸੀ ਵਰਗ ਤੇ ਉਹਨਾਂ ਦੇ ਉੱਪਰ ਪੁਲਿਸ ਵੱਲੋਂ سنگੀਨ ਧਰਾਵਾ ਲਾ ਕੇ ਦਰਜਣ ਦੇ ਕਰੀਬ ਜਿਹੜਾ ਮਾਮਲਾ ਲੋਕਾਂ ਦੇ ਉੱਤੇ ਨੌਜਵਾਨ ਪੜ੍ਹੇ ਲਿਖੇ ਨੌਜਵਾਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਉਸ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਜਸਬੀਰ ਸਿੰਘ ਗੱਡੀ ਤੇ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਪਿੰਡ ਵਿੱਚ ਪਹੁੰਚੇ ਉਨ੍ਹਾਂ ਦੇ दखल देने ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਬਲੇਰਕੋਟਲਾ ਦੇ ਐਸਐਸਪੀ ਸ਼੍ਰੀਮਤੀ ਮਨੀਤ ਕੌਰ ਸਿੱਧੂ ਤੇ ਡਿਪਟੀ ਕਮਿਸ਼ਨਰ ਬਲੇਰਕੋਟਾ ਸ਼੍ਰੀ ਸ਼ੰਜੀਮਾ ਗੁਰਵਾਲ ਨੇ ਪਿੰਡ ਦਾ ਦੌਰਾ ਕਰਨ ਦੇ ਮੌਕੇ ਪਿੰਡ ਦੇ ਜਿਹੜੇ ਐਸਸੀ ਵਰਗ ਦੇ ਲੋਕ تھے ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਤੁਹਾਡੇ ਉੱਪਰ ਜਿਹੜਾ ਪਰਚਾ ਦਰਜ ਹੋਇਆ ਉਹਦੀ ਪੜਤਾਲ ਕਰਕੇ ਉਹਨੂੰ ਰੱਦ ਕੀਤਾ ਜਾਵੇਗਾ ਨਾਲ ਹੀ ਜਿਹੜਾ ਐਸਸੀ ਵਰਗ ਵੱਲੋਂ ਜਨਰਲ ਲੋਕਾਂ ਦੇ ਉੱਤੇ ਇਹ ਵੀ ਇਲਜ਼ਾਮ ਲਾਇਆ ਸੀ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਜਿਹੜਾ ਅਪਮਾਨਿਤ ਕੀਤਾ ਗਿਆ ਉਹਨਾਂ ਲੋਕਾਂ ਦੇ ਵਿਰੁੱਧ ਵੀ ਪੜਤਾਲ ਉਪਰੰਤ ਜਿਹੜਾ ਗੰਦੀ ਕਾਰਵਾਈ ਕੀਤੀ ਜਾਊਗੀ ਉਸ ਨੂੰ ਲੈ ਕੇ ਅੱਜ 15 ਦਿਨ ਦੇ ਕਰੀਬ ਜਿਹੜਾ ਵਕਵਾ ਬੀਤ ਚੁੱਕਿਆ ਪਰ ਇਹਨਾਂ ਨੂੰ ਅੱਜ ਪਿੰਡ ਦੇ ਵਿੱਚ ਫਿਰ ਐਸੀ ਵਰਗ ਦੇ ਲੋਕਾਂ ਦਾ ਇਕੱਠ ਹੋਇਆ ਇਹਨਾਂ ਲੋਕਾਂ ਦਾ ਇਹ ਕਹਿਣਾ ਕਿ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਾਡਾ ਜਿਹੜੀ ਗੱਲਬਾਤ ਹੋਈ ਵੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਹਨਾਂ ਲੋਕਾਂ ਨੂੰ ਡਰਾ ਕੇ ਇਹਨਾਂ ਦੇ ਕੋਲ ਜਿਹੜਾ ਪੈਸਾ ਦੇ ਕੇ ਇਹ ਸਾਡੇ ਵਿਰੁੱਧ ਕਾਰਵਾਈ ਕਰਵਾ ਰਹੇ ਨੇ ਸਾਡੇ ਕੋਲ ਜਿਹੜਾ ਪ੍ਰਸ਼ਾਸਨ ਨੂੰ ਦੇਣ ਲਈ ਕੋਈ ਪੈਸਾ ਨਹੀਂ ਇਸ ਲਈ ਸਾਨੂੰ ਜਿਹੜੀ ਇਨਸਾਫ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆਪ ਜਾਪ ਰਹੀ ਜਿਸ ਕਾਰਨ ਜਿਹੜੇ ਨੌਜਵਾਨ ਪੜ੍ਹੇ ਲਿਖੇ ਲੋਕ ਨੇ ਉਹਨਾਂ ਦਾ ਭਵਿੱਖ ਜਿਹੜਾ ਅਜੇ ਵੀ ਧੁੰਦਲਾ ਦਿਖਾਈ ਦੇ ਰਿਹਾ ਇਸ ਨੂੰ ਲੈ ਕੇ ਅੱਜ ਅਸੀਂ ਤੁਹਾਡੀ ਗੱਲਬਾਤ ਕਰਾ ਰਹੇ ਹਾਂ ਪਿੰਡ ਦੇ ਲੋਕਾਂ ਦਾ ਐਸਸੀ ਵਰਗ ਦੇ ਲੋਕਾਂ ਦਾ ਕੰਮ ਵੀ ਸਕੇਂਦ ਜਦੋਂ ਇੱਥੇ ਗਊਆਂ ਦੱਬੀਆਂ ਗਈਆਂ ਤਾਂ ਆਲੇ-ਦਾਲੇ ਦੇ ਬਸ਼ੂ ਹੁਣ ਕਾਰਨ ਇਹਦੇ ਵਿੱਚ ਟੈਂਕੀ ਲੱਗੀ ਹੁਣ ਕਾਰਨ ਗਰਾਊਂਡ ਆ ਚੱਕੀ ਹੈ ਤੇ ਸਭ ਤੋਂ ਵੱਡੀ ਮੁਸ਼ਕਲ ਨੇੜੇ ਗੁਰੂ ਘਰ ਜਦੋਂ ਅਸੀਂ ਇੱਥੇ ਲੰਗਰ ਪਾਣੀ ਬਣਾਉਂਦੇ ਆ ਜਾਂ ਗੁਰੂ ਘਰ ਆਉਂਦੇ ਆ ਤਾਂ ਇੱਥੇ ਅਸੀਂ ਆਵਾਰਾ ਪਸ਼ੂਆਂ ਦੇ ਹੱਡ ਵੀ ਦੇਖੇਗੇ ਜਿਹੜੇ ਕੁੱਤਿਆਂ ਦੇ ਮੂੰਹ ਵਿੱਚ ਹੁੰਦੇ ਸੀ ਇੱਥੇ ਦੱਬੇ ਸੀ ਕਿ ਉਹਨਾਂ ਨੇ ਉਹ ਜੀ ਆਪਣੇ ਬੜੀਆਂ ਦੇ ਬਿਲਕੁਲ ਸੰਸਾਰ ਘਰ ਦੇ ਕੋਲੇ ਹੈ ਜੀ ਜੋ ਐਸੀ ਭਾਈਚਾਰੇ ਦੇ ਨੇ ਸੰਸਾਰ ਘਟਾ ਉਹਦੇ ਵਿੱਚ ਜੀ ਟੈਂਕੀ ਦੇ ਕੋਲ ਉੱਥੇ ਦਬੀਆਂ ਸੀ ਤੇ ਉਹਦੇ ਵਿਰੋਧ ਵਿੱਚ ਅਸੀਂ ਇਹੀ ਕਰਿਆ ਵੀ ਦੇਖੋ ਇਥੇ ਪਾਣੀ ਦੇ ਵਿੱਚ ਇਹਦਾ ਵਾਇਰਸ ਅੱਜ ਕੱਲ ਬਹੁਤ ਫੈਲਿਆ ਹੋਇਆ ਵੀ ਕਿਤੇ ਬਿਮਾਰੀ ਭਿਆਨਕ ਬਿਮਾਰੀ ਕਿਤੇ ਪਾਣੀ ਨੂੰ ਲੱਗ ਜਾਣਾ ਕਿਉਂਕਿ ਜ਼ਿਆਦਾਤਰ ਤਾਂ ਜਿਹੜੇ ਗਰੀਬ ਪਰਿਵਾਰ ਨੇ ਉਹੀ ਪਾਣੀ ਪੀ ਰਹੇ ਹਨ ਇਹਦਾ ਵਿਰੋਧ ਕਰਨ ਦਾ ਤੁਹਾਨੂੰ ਕੀ ਖਮਿਆਜਾ ਭੁਗਤਣਾ ਪਿਆ ਖਮਿਆਜਾ ਦੇਖੋ ਇਹੀ ਆ ਜੀ ਸਾਡੇ 12 ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਤੇ ਨਜਾਇਜ਼ ਝੂਠੇ ਪਰਚੇ ਹੋਏ 10 ਅਣਪਛਾਤੇ ਜਿਨ੍ਹਾਂ ਦੇ ਵਿੱਚ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਇਹਨਾਂ ਦੀ ਮਤਦਾਨਾ ਕਰੋ ਅਗਰ ਨਾ ਤੁਸੀਂ ਪਿੱਛੇ ਹਟੇ ਤਾਂ ਤੁਹਾਡੇ ਤੇ ਨਾ ਅਣਪਸਾਤੇ ਤੇ ਵਿੱਚ ਪਾ ਕੇ 9 ਲੱਖ ਤੁਹਾਡੇ ਦੇ ਵਰਚੇ ਕਿਤੇ ਜਾਣਗੇ ਕਿਉਂ ਹੋਇਆ ਮਾਮਲਾ ਦੱਦ ਜੀ ਤੁਹਾਡੇ ਦੀ ਕਿਉਂ ਹੋਇਆ ਮਾਮਲੇ ਦੇਖੋ ਜੀ ਪੜੇ ਲਿਖੇ ਨੇ ਇਹ ਹਰ ਕੰਮ ਦੇ ਵਿੱਚ ਕਹਿੰਦੇ ਨੇ ਤਰੱਕੀ ਕਰ ਰਿਹਾ ਸੀ ਕੋਈ ਵੀ ਕੰਮ ਆ ਜਿਹੜਾ ਨਿਆਂ ਸੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸੀ ਤੇ ਇਹਨਾਂ ਨੂੰ ਸ਼ਾਇਦ ਬੁਰਾ ਲੱਗਦਾ ਹੋਵੇ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਿਤੇ ਇੰਨੇ ਪਪੂਲਰ ਨਾ ਹੋ ਜਾਣ ਜਿਹੜੇ ਸਾਡੇ ਲਈ ਮੁਸ਼ਕਲ ਦੀ ਕੋਈ ਘੜੀ ਬਣ ਜਾਣ ਇਹਦੇ ਬਾਰੇ ਤੁਸੀਂ ਕੋਈ ਚਾਰਾ ਜੁਈ ਨਹੀਂ ਕੀਤੀ ਪਰਚੇ ਦਰਦ ਕਰਾਉਣ ਵਾਲੇ ਬਹੁਤ ਪ੍ਰਸ਼ਾਸਨ ਕੋਲੇ ਗਏ ਆ ਜੀ आईजी ਪਟਿਆਲਾ ਮੈਡਮ ਐਸਐਸਪੀ ਬਹੁਤ ਦੂਰ ਤੱਕ ਗਏ ਸਾਨੂੰ ਤਾਂ ਕੁਛ ਨਿਹਰਾ ਹੀ ਨਹੀਂ ਦਿੱਤਾ ਜੀ ਕੋਈ ਸਿਆਸੀ ਪਾਰਟੀ ਜਿਵੇਂ ਸੱਤਾਧਾਰੀ ਪਾਰਟੀ ਜਾਂ ਕਾਂਗਰਸ ਜਾਂ ਕੋਈ ਹੋਰ ਪਾਰਟੀ ਨੇ ਆ ਜੀ ਸਾਡੇ ਕੋਲ ਵੀਐਸਪੀ ਬਹੁਤ ਜਨ ਸਮਾਜ ਪਾਰਟੀ ਜਿਨ੍ਹਾਂ ਨੇ ਸਾਡਾ ਆ ਕੇ ਸਮਰਥਨ ਕੀਤਾ ਤੇ ਸਾਨੂੰ ਵਿਸ਼ਵਾਸ ਵੀ ਹੈ ਉਹ ਸਾਡੇ ਨਾਲ ਖੜੇ ਨੇ ਔਰ ਸਾਨੂੰ ਪੂਰਨ ਭਰੋਸਾ ਵੀ ਹੈ ਕਿ ਸਾਨੂੰ ਇਨਸਾਫ ਦਿਵਾ ਕੇ ਹਟਣਗੇ ਉਹ ਜੀ ਹੁਣ ਪਿਛਲੇ ਦਿਨੀ ਜਦੋਂ ਪ੍ਰਧਾਨ ਸਾਹਿਬ ਆਏ ਤੇ ਪੰਜਾਬ ਦੇ ਉਹ ਤੋਂ ਬਾਅਦ ਕੀ ਪ੍ਰਤੀਕਰਮ ਹੋਇਆ ਇਹਦੇ ਵਿੱਚ ਅਸੀਂ ਜੀ ਪਿਛਲੇ ਸ਼ੁੱਕਰਵਾਰ ਤਕਰੀਬਨ 15 ਦਿਨ ਹੋ ਗਏ ਸਾਨੂੰ ਕਿਹਾ ਗਿਆ ਸੀਗੇ ਬਿਆਨ ਕਰਵਾਓ ਬਿਆਨਾਂ ਦੇ ਆਧਾਰ ਤੇ ਉਹਨਾਂ ਦੇ ਪਰਚੇ ਹੋਣਗੇ ਪਰ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਬਾਰ ਬਾਰ ਅਸੀਂ ਫਿਰ ਵੀ ਦੋ ਤਿੰਨ ਵਾਰ ਜਾ ਆਏ ਆ ਕਾਰਨ ਇਹਦਾ ਪਤਾ ਕਿਉਂ ਨਹੀਂ ਕਹਿਣ ਲੱਗੇ ਜੀ ਛੁੱਟੀਆਂ ਚੱਲਦੀਆਂ ਨੇ ਪਰ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਦੂਸਰੀ ਧਿਰ ਤੇ ਤੁਸੀਂ ਕਾਹਦਾ ਕਾਚਾ ਦਰਜ ਕਰਾਉਣਾ ਚਾਹੁੰਦੇ ਜੀ ਜਿਨ੍ਹਾਂ ਨੇ ਸਾਨੂੰ ਐਸੀ ਗਾਲਾਂ ਕਢੀਆਂ ਉਹਨਾਂ ਤੇ ਅਸੀਂ ਅਸੀਂ ਇੱਕ ਟਾ ਡਾ ਪਰਚਾ ਜੋ ਲਾਗੂ ਕਰਵਾਉਣਾ ਚਾਹੁੰਦੇ ਆ ਸਾਡੀ ਹੋਰ ਕੋਈ ਉਹਨਾਂ ਨਾਲ ਨਿੱਜੀ ਕੋਈ ਰੰਜਿਸ਼ ਜਾਂ ਕੋਈ ਹੋਰ ਦਸ਼ਮਣੀ ਨਹੀਂ ਹੈਗੀ ਅਸੀਂ ਤਾਂ ਇੱਕ ਸਾਨੂੰ ਵੀ ਪਿੰਡ ਦੇ ਵਿੱਚ ਮਾਣ ਨਾਲ ਜਿਉਣ ਦਿੱਤਾ ਜਾਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਮਾਣ ਨੂੰ ਕਿਉਂ ਕੀ ਕਹਿਣਾ ਚਾਹੁੰਦੇ ਆ ਇਹ ਮਤਲਬ ਜਿਹੜੇ ਪਰਚੇ ਇਹਨੇ ਝੂਠੇ ਹੋਏ ਨੇ ਕੀ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਮਤਲਬ ਮੇਰੇ ਕੋਲ ਪ੍ਰੂਫ ਨਹੀਂ ਹੈਗੇ ਕੀ ਮਤਲਬ ਜਿਹੜੇ ਬੰਦੇ ਨੇ ਆ ਕੇ ਕਿਹਾ ਨਾ ਮੈਨੂੰ ਵੀ ਪੁਲਿਸ ਨੂੰ ਪੈਸੇ ਦਿੱਤੇ ਹੋਏ ਨੇਗੇ ਵੀ ਪਰਚੇ ਰੱਦ ਹੋ ਨਹੀਂ ਸਕਦੇਗੇ ਮੇਰੇ ਕੋਲ ਪੂਰੇ ਪ੍ਰੂਫ ਕੌਣ ਨੇ ਜੀ ਉਹ ਬੰਦੇ ਸਰਜੀਤ ਸਿੰਘ ਬਰਨਾਲਾ ਕੀ ਨੇ ਜੀ ਉਹ ਉਹ ਸਾਡੇ ਬੇੜ ਉਹਨਾਂ ਕੋਈ ਅਹੁਦਾ ਵੀ ਹੈ ਜੀ ਇੱਥੇ ਕੋਈ ਪਿੰਡ ਦੇ ਵਿੱਚ ਪੰਚਾਇਤ ਦਾ ਜਾਂ ਕੋਈ ਹੋਰ ਨਹੀਂ ਜੀ ਉਹ ਮਤਲਬ ਕਿ ਤੁਹਾਡਾ ਕਿਉਂ ਵਿਰੋਧ ਕਰ ਰਹੇ ਨੇ ਤੁਹਾਡੇ ਮਤਲਬ ਲੋਕਾਂ ਦਾ ਉਹ ਮਤਲਬ ਇਹੀ ਕਹਿੰਦੇ ਨੇ ਵੀ ਇਹਨਾਂ ਤੇ ਜਿਹੜੇ ਪਰਚੇ ਨੇ ਇਹਨਾਂ ਦੇ ਕਮਾਕਾਰ ਵਾਲੇ ਮੁੰਡੇ ਨੇਗੇ ਇਹਨਾਂ ਤੇ ਜਰਨੀ ਹੁੰਦੇਗੇ ਉਹੀ ਕਹਿੰਦੇ ਵੀ ਇਹਨਾਂ ਦੇ ਪਰਚੇ ਜਿਹੜੇ ਹੋਣੇ ਫਸੇ ਰਹਣ ਇਹ ਨਿਕਲਣ ਤੁਹਾਡੇ ਕੋਲ ਉਹਦਾ ਮੇਰੇ ਕੋਲ ਇਹ ਸਬੂਤ ਆ ਕਿਉਂ ਕਹਿੰਨੇ ਆਪਣੇ ਮੂੰਹ ਨਾਲ ਮੇਰੇ ਘਰੇ ਕਿਹਾ ਕਿ ਵੀ ਮੈਂ ਆ ਨਾ ਵੀ ਪੁਲਿਸ ਨੂੰ ਪੈਸੇ ਦਿੱਤੇ ਨੇ ਕਿ ਪੁਲਿਸ ਨੂੰ ਸੇ ਪੈਸੇ ਝੋਕੇ ਹੋਏ ਨੇ ਵੀ ਇਹਨਾਂ ਦੇ ਪਰਚੇ ਰੱਦ ਹੋਣੇ ਨਹੀਂਗੇ ਤੁਸੀਂ ਇਹ ਸਾਬਤ ਕਿਵੇਂ ਕਰੋਗੇ ਮੇਰੇ ਕੋਲ ਪ੍ਰ ਮੇਰੇ ਕੋਲ ਪ੍ਰੂਫ ਆ ਮਤਲਬ ਮੇਰੇ ਕੋਲ ਆਡੀਓ ਆ ਜੀ ਸਾਡੇ ਜੀ ਭਾਈਚਾਰੇ ਦੀ ਆ ਗਰੀਬ ਲੋਕਾਂ ਦੀ ਲੜਾਈ ਹੋਈ ਸੀ ਜ਼ਿਮੀਦਾਰਾਂ ਨਾਲ ਜੀ ਕਾਦੀ ਲੜਾਈ ਹੋਈ ਸੀ ਕਿਉਂ ਸਾਡੇ ਜੀ ਪਾਣੀ ਵਾਲੀ ਟੈਂਕੀ ਕੋਲੇ ਜੀ ਕੰਗਾ ਛੜੀ ਆ ਜੀ ਸਾਡੀਆਂ ਮੜੀਆਂ ਨੇ ਜੀ ਕੋਲੇ ਉਹਦੇ ਕਰਕੇ ਜੀ ਉੱਥੇ ਡੰਗਰ ਪਾਉ ਤੋਂ ਛੜਦੇ ਜੀ ਸਾਡੇ ਪਾਈਨ ਟੈਂਕੀ ਕੋਲੇ ਕਰਕੇ ਮੁੰਡੇ ਸਾਡੇ ਕਹਿੰਦੇ ਵੀ ਇੱਥੇ ਡੰਗਰ ਨਹੀਂ ਛੱਟਣ ਨਹੀਂ ਦੇਣੇ ਜੀ ਜ਼ਿਮੀਦਾਰਾਂ ਦੇ ਜਿਹੜੇ ਤਖੜੇ ਲੋਕ ਨੇ ਜੀ ਉਹਨਾਂ ਨੇ ਆ ਕੇ ਸਾਡੇ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਾਲਾਂ ਗੂਲਾ ਕੱਢੀਆਂ ਜੀ ਬਹੁਤ ਬੋਲੇ ਨੇ ਪੁੱਠਾ ਸਿੱਧਾ ਸਾਡੇ ਭਾਈ ਚਾਰੇ ਦੇ ਜੀ ਮੁੰਡੇ ਜਿਹੜੇ ਕਹਿੰਦੇ ਸੀ ਉਹਨਾਂ ਤੇ ਝੂਠੇ ਪਰਚੇ ਕਰਦੇ ਉਹਨਾਂ ਨੇ ਘਰੇ ਵਾਗ ਗਏ ਜੇ ਗੇਟ ਭੰਨ ਤੇ ਗਏ ਉਹ ਗੇਟ ਭੰਨ ਕੇ ਵਾਗ ਗਏ ਜੀ ਸਾਡੇ ਭਾਈ ਚਾਰੇ ਦੇ ਮੁੰਡੇ ਜਦੋਂ ਪੁੱਛਣ ਗਏ ਜੀ ਉਹਨੂੰ ਉਹਨਾਂ ਨੇ ਘਰੋਂ ਉਧਰੋਂ ਸਾਡੇ ਭਾਈ ਚਾਰੇ ਦੇ ਮੁੰਡਿਆਂ ਤੇ ਉੱਤੇ ਰੋੜੇ ਮਾਰੇ ਜੀ ਇਦੋਂ ਸਾਡੇ ਭਾਈ ਚਾਰੇ ਦੇ ਮੁੰਡਿਆਂ ਨੇ ਰੋੜੇ ਮਾਰੇ ਜੋਨਾਂ ਦੇ ਘਰਾਂ ਦੇ ਵਿੱਚ ਲੜਾਈ ਹੋ ਗਈ ਜੀ ਉਹਦੇ ਮੁੰਡੇ ਨੇ ਟਰੈਕਟਰ ਕੱਢਿਆ ਬਹੁਤ ਜ਼ੋਰ ਦੀ ਅੰਦਰੋਂ ਤੇਜ਼ ਸਾਡੇ ਭਾਈਚਾਰੇ ਦੇ ਉੱਤੇ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਟਾਈਮ ਜੀ ਅਸੀਂ ਘਰੇ ਖੜੇ ਸੀ ਉੱਥੇ ਆਪਣੇ 게ਟਾਂ ਦੇ ਵਿੱਚ ਤੁਹਾਡਾ ਘਰ ਕਿੰਨੀ ਕ ਦੂਰ ਆ ਤੁਹਾਨੂੰ ਮੇਰੇ ਜੀ ਦੋ ਘਰ ਛੱਡ ਕੇ ਤੀਜਾ ਘਰ ਆ ਜੀ ਮੇਰਾ ਤੁਸੀਂ ਮੌਕੇ ਤੇ ਹਾਜ਼ਰ ਹਾਂ ਜੀ ਮੈਂ ਹਾਜ਼ਰ ਸੀ ਉਸ ਟਾਈਮ ਕੀ ਉਹ ਮਤਲਬ ਜਿਹੜਾ ਉਹਨਾਂ ਨੇ ਕਿਹਾ ਵੀ ਘਰ ਦੇ ਅੰਦਰ ਵੜ ਕੇ ਕੁਮਾਰਕੁੱਟ ਕੀਤੀ ਹੈ ਇਹ ਗੱਲ ਸੱਚ ਆ ਜੀ ਨਹੀਂ ਜੀ ਅੰਦਰ ਕੋਈ ਨਹੀਂ ਮੈਂ ਬਾਹਰ ਦਾ ਦੇਖਿਆ ਜੀ ਬਾਹਰ ਖੜੇ ਸੀ ਕਿ ਸਾਡੇ ਮੌਕੇ ਦੇ ਕਹਾਉ ਜੀ ਹਾਂ ਜੀ ਉੱਥੇ ਬਾਹਰ ਦੇਖੇ ਨੇ ਜੀ ਆਪਾਂ ਅੰਦਰ ਵੜਦਾ ਕੋਈ ਨਹੀਂ ਦੇਖਿਆ ਬੰਦਾ ਰੋੜੇ ਉਧਰੋਂ ਵੀ ਵੱਜਦੇ ਸੀ ਇਧਰੋਂ ਵੀ ਵੱਜਦੇ ਸੀ ਜੀ ਦੰਨਾ ਤ ਰਵੰਦਾਸੀਆਂ ਦਾ ਸਾਡੇ ਮੜੀਆਂ ਦਾ ਜੇ ਗੇਟ ਪਟਿਆ ਜੀ ਸਾਡੇ ਭਾਈਚਾਰੇ ਦੇ ਲੋਕ ਤਾਂ ਹੀ ਗਏ ਉੱਥੇ ਜੀ ਉੱਥੇ ਤੇ ਕਾਹਤੋਂ ਨੀ ਕਾਰਵਾਈ ਹੁੰਦੀ ਜੀ ਸਾਡੇ ਮੁੰਡਿਆਂ ਤੇ ਜਿਹੜੇ ਗਏ ਨੇ ਉਹ ਪਰਚੇ ਹੋਏ ਨਹੀਂ ਉਸ ਟਾਈਮ ਤੋਂ ਕੋਈ ਮੁੰਡਾ ਨਹੀਂ ਸੀ ਉੱਥੇ ਕੀ ਤੁਹਾਡੇ ਨਾਲ ਉਹਨਾਂ ਨੇ ਕੋਈ ਤੁਹਾਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਹਾਂ ਜੀ ਮੈਨੂੰ ਕਹਿੰਦੇ ਨੇ ਜੀ ਜਿਹੜੇ ਬੰਦੇ ਉਹਨਾਂ ਦੇ ਵਿੱਚ ਪਰਚੇ ਦੇ ਵਿੱਚ ਦੱਸ ਅੰਸ਼ ਸਾਤੇ ਪਾਏ ਗਏ ਨੇ ਜੀ ਮੈਨੂੰ ਕਹਿੰਦੇ ਨੇ ਕਹਿੰਦੇ 13 9 ਵੀ ਲਖਾਵਾਂਗੇ ਵਿੱਚ ਤੂੰ ਪਿੱਛੇ ਹਟ ਜਾ ਜਵਾਬ ਕੱਜ ਲਿਆ ਵੀ ਤੂੰ ਬਿਆਨ ਦਿੰਨੀ ਹੈ ਜੀ ਸੱਚ ਦੇ ਵੀ ਤੂੰ ਸੱਚ ਬੋਲਦੀ ਆ ਮੇਰੇ ਜਵਾਕ ਨੇ ਜੀ ਨਿਕ ਨਿਕੇ ਕਹਿੰਦੇ ਤੇਰੇ ਜਵਾਕ ਨੇ ਪੋਰਾ ਪੋਰਾ ਤੂੰ ਪਿੱਛੇ ਹਟ ਜਾ ਤੈਨੂੰ ਕਿਸੇ ਚੀਜ਼ ਦੀ ਵੀ ਲੋੜ ਪੈ ਸਕਦੀ ਆ ਵੀ ਤੂੰ ਨੂੰ ਪੈਸੇ ਵੀ ਦੇ ਸਕਦੇ ਆ ਵੀ ਤੂੰ ਬਹਿ ਜਾ ਤੈਨੂੰ ਗਰੀਬਾਂ ਨੇ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਤੈਨੂੰ ਬੇੜੇ ਦਾ ਨੇ ਕੁਝ ਨਹੀਂ ਨਹੀਂ ਪੁੱਛਣਾ ਪੁੱਤ ਮੇਰਾ ਨਾਮ ਹਰਦੀਪ ਸਿੰਘ ਨਗਰ ਕੁੱਪਖੁਰਦ ਦਲਾਬਰਗੜ ਦਾ ਆ ਬਸਨੇਗਾ ਤੇ ਐਸਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਕੀ ਮਾਮਲਾ ਕੀ ਹੈ ਜੀ ਤੁਹਾਡਾ ਜਿਹੜਾ ਪਿਛਲੇ ਕਈ ਦਿਨਾਂ ਮਹੀਨਿਆਂ ਤੋਂ ਲੰਮ ਕਰਾਈਏ ਮਾਮਲਾ ਸਰ ਤੁਹਾਨੂੰ ਪਤਾ ਹੀ ਆ ਸਾਰਾ ਅਖਬਾਰਾਂ ਦੀਆਂ ਸੁਰਖੀਆਂ ਬਣ ਚੁੱਕਿਆ ਹੈ ਕਿ ਲੰਪੀ ਸਕਿਨ ਨਾਲ ਪ੍ਰਭਾਵਿਤ ਜਿਹੜੇ ਜਾਨਵਰ ਨੇ ਉਹ ਜ਼ਬਰਦ ਉਹ ਤੋਂ ਹੀ ਇਹ ਸਾਰਾ ਮਾਮਲਾ ਟੂਲ ਫੜਦਾ ਹੋਇਆ ਇਹ ਸਾਡੀਆਂ ਦਰਖਾਸਤਾਂ ਸਰਕਾਰੀ ਦਰਬਾਰੇ ਪਹੁੰਚੇ ਰਹੀਆਂ ਪਰ ਸਾਡੇ ਕਾਲੇ ਕੀਤੇ ਹੋਏ ਕਾਗਜ਼ਾਂ ਤੇ ਪ੍ਰਸ਼ਾਸਨ ਨੇ ਮੌਜੂਦਾ ਐਮ ਐਲ ਏ ਸਾਹਿਬ ਨੇ ਔਰ ਸੇਵਲ ਤੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲੈਂਦੀ ਪਿਛਲੇ 15 ਕੁ ਦਿਨ ਪਹਿਲਾਂ ਐਸ ਐਸ ਪੀ ਸਾਹਿਬ ਤੇ ਡੀ ਸੀ ਸਾਹਿਬ ਮਲੇਰਕੋਟਲਾ ਤੁਹਾਡੇ ਪਿੰਡ ਦੇ ਵਿੱਚ ਆਏ ਦੇ ਵਿੱਚ ਆਏ ਸੀ ਕਿ ਉਹਨਾਂ ਨੇ ਬਿਆਸ ਦੇ ਸਾਹਮਣੇ ਬਿਆਨ ਵੀ ਦਿੱਤਾ ਸੀ ਕਿ ਜਲਦੀ ਜਿਹੜੇ ਨੇ ਇਸ ਮਾਮਲੇ ਦੀ ਪੜਤਾਲ ਕਰਕੇ ਰੱਦ ਕਰ ਦਿੱਤਾ ਜਾਊਗਾ ਕੀ ਮਤਲਬ ਉਹਦੇ ਵਿੱਚ ਕੀ ਕਾਰਵਾਈ ਹੋਈ ਹੁਣ ਤੱਕ ਦੇਖੋ ਸਰ ਜਦੋਂ ਇਹ ਮਾਮਲਾ ਤੂਲ ਫੜ ਗਿਆ ਜਾਂ ਹਾਈਲਾਈਟ ਹੋ ਗਿਆ ਜਾਂ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਹੈ। ਅਗਰ ਸ਼ੁਰੂਆਤ ਦੇ ਵਿੱਚ ਹੀ ਪ੍ਰਸ਼ਾਸਨ ਇਸ ਮਸਲੇ ਨੂੰ ਸੌਟ ਆਊਟ ਕਰ ਲੈਂਦਾ ਮੈਨੂੰ ਨਹੀਂ ਸੀ ਲੱਗਦਾ ਵੀ ਮਾਮਲਾ ਇੱਥੇ ਤੱਕ ਪਹੁੰਚਦਾ। ਹੁਣ ਮਾਮਲਾ ਕਿੱਥੇ ਤੱਕ ਪਹੁੰਚਿਆ ਜੀ? ਮਾਮਲਾ ਇਹ ਆ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਬਖ ਤੋਂ ਪਹਿਲਾਂ ਅਸੀਂ ਐਸੀ ਭਾਈਚਾਰੇ ਦੇ ਨੌਜਵਾਨਾਂ ਨੇ ਪੈਸੇ ਇਕੱਠੇ ਕਰਕੇ ਜਾਨਵਰਾਂ ਤੋਂ ਸੁਰੱਖਿਆ ਦੇ ਲਈ, ਪੇੜ ਪੌਦੇ ਬਚਾਉਣ ਦੇ ਲਈ ਇੱਕ ਗੇਟ ਲਗਾਇਆ ਸੀ 6 ਤਰੀਕ ਨੂੰ। ਉਹ ਸ਼ਾਮ ਦੇ ਸਮੇਂ ਜਨਰਲ ਭਾਈਚਾਰੇ ਦੇ ਨੌਜਵਾਨ ਜਿਹੜੇ ਨੇ ਉਹ ਗੇਟ ਪੁੱਟ ਕੇ ਲੈ ਗਏ ਆ। ਤੇ ਨਾਲ ਹੀ ਸਾਨੂੰ ਜਾਤੀ ਸੂਚਕ ਸ਼ਬਦ ਜਿਹੜੇ ਨੇ ਵਰਤ ਕੇ ਲੰਘਿਆ ਕਿ ਕੁੱਤੇ ਉਚ ਮਾਰੋ ਆਜੋ ਤੁਹਾਡਾ ਗੇਟ ਪਟਕੇ ਲੈ ਚਲੇ ਆਂ ਜੇ ਹਿੰਮਤ ਆ ਤਾਂ ਵਾਪਸ ਲੈ ਕੇ ਆਓ ਸਾਡੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਘਰ ਤੱਕ ਪਹੁੰਚੇ ਤੇ ਗੱਲਬਾਤ ਕਰਨ ਦੇ ਲਈ ਗਏ ਇਸ ਦੌਰਾਨ ਜਿਹੜਾ ਹੈ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ ਟਰੈਕਟਰ ਚੜਾਇਆ ਜੀ ਪੂਰੀ ਤੇਜ਼ ਰਫਤਾਰ ਦੇ ਵਿੱਚ ਇਸੇ ਘਟਨਾ ਕਰਨ ਦੇ ਵਿੱਚ ਜਿਹੜਾ ਹੈ ਲੜਾਈ ਦੋਹਾਂ ਧਿਰਾਂ ਦੀ ਹੋਈ ਹੈ ਤੇ ਉਹਨਾਂ ਨੇ ਸਾਡੇ ਤੇ ਇੱਕ ਤਰਫਾ ਜਿਹੜੇ ਸੰਗੀਨ ਧਰਾਮਾ ਲਾ ਕੇ 12 ਨੌਜਵਾਨਾਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਆ ਜਿਹਦੇ ਵਿੱਚ ਗਵਾਟ ਕਰਾਉਣ ਲਈ ਕੋਈ ਤੁਸੀਂ ਚਾਰਜ ਕੀਤੀ ਹੈ ਅਸੀਂ ਰੱਦ ਕਰਾਉਣ ਦੇ ਲਈ ਵੀ ਚਾਰਜ ਹੋਈ ਸਾਡੀ ਪ੍ਰਸ਼ਾਸਨ ਤੱਕ ਸਰਕਾਰੀ ਦਰਬਾਰੇ ਪ੍ਰਸ਼ਾਸਨ ਤੱਕ ਮੁੱਖ ਮੰਤਰੀ ਸਾਹਿਬ ਤੱਕ ਡੀਜੀਪੀ ਵਿਜੀਲੈਂਸ ਤੱਕ ਵੀ ਪਹੁੰਚ ਕੀਤੀ ਆ ਕਿ ਇੱਕ ਤਰਫਾ ਕਾਰਵਾਈ ਸਾਡੇ ਤੇ ਬਦਲੇ ਦੀ ਭਾਵਨਾ ਨਾ ਕੀਤੀ ਜਾਵੇ ਕਿਹੜਾ ਰੀਐਕਟ ਕੀ ਹੋਇਆ ਅਜੇ ਤੱਕ ਕੋਈ ਰੀਐਕਸ਼ਨ ਨਹੀਂ ਹੋਇਆ ਈਵਨ ਪ੍ਰਸ਼ਾਸਨ ਥੋੜਾ ਹਰਕਤ ਦੇ ਵਿੱਚ ਆਇਆ ਪਰ ਅਜੇ ਵੀ ਸਾਡੇ ਹੱਥ ਉਸ ਨਹੀਂ ਲੱਗਿਆ ਕਿ ਕ੍ਰਾਸ ਪਰਚੇ ਉਹਨਾਂ ਤੇ ਬਣਦੇ ਆ ਕਿ ਜਾਤੀ ਜਿਹੜਾ ਐਟ੍ਰੋਸਿਟੀ 1989 ਦਾ ਐਕਟ ਹੈ ਉਹਦੇ ਥਰੂ ਉਹਨਾਂ ਤੇ ਕ੍ਰਾਸ ਪਰਚਾ ਜਿਹੜਾ ਬਣਦਾ ਦਰਜ ਕੀਤਾ ਜਾਵੇ 15 ਤਰੀਕ ਦੇ 16 ਤਰੀਕ ਦੇ ਬਿਆਨ ਹੋਏ ਹੋਏ ਆ ਤੇ ਅਜੇ ਤੱਕ ਵੀ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਵੀ ਮੰਗ ਕਰਦੇ ਸਰਕਾਰ ਤੋਂ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਮੈਂ ਐਸਪੀਡੀ ਜਗਦੀਸ਼ ਵਿਸ਼ਨੋਈ ਮਲੇਰ ਕੋਟਲਾ ਸਰ ਇੱਕ ਕੁੱਪ ਖੁਰਦ ਦਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਉਹਦੇ ਵਿੱਚ ਤੁਸੀਂ ਮੌਕਾ ਵੀ ਦੇਖਿਆ ਜ਼ਿਲ੍ਹਾ ਪੁਲਿਸ ਮੁਖੀ ਵੀ ਗਏ ਸੀ ਕਿ ਡੀਸੀ ਸਾਹਿਬ ਵੀ ਗਏ ਸੀ ਕਿ ਉਸ ਦਿਨ ਇੱਕ ਦਰਖਾਸਤ ਦਿੱਤੀ ਸੀਗੀ ਉਹਨਾਂ ਵੱਲੋਂ ਜਰਨਲ ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਐਸ்சிਐਸਟੀ ਐਕਟ ਦੇ ਤਹਿਤ ਬਰਚਾ ਦਰਜ ਕਰ ਲਈ ਉਹਦੀ ਇਨਵੈਸਟੀਗੇਸ਼ਨ ਕਿੱਥੇ ਕਰਦੇ ਉਹਦੀ ਜਿਹੜੇ ਉਹਨਾਂ ਨੇ ਬਿਆਨ ਵਗੈਰੇ ਜੋ ਲਿਖਾਈ ਸੀਗੇ ਉਹ ਲਿਖ ਲਏਗੇ ਇਹ ਦੋਨੋਂ ਤਰ੍ਹਾਂ ਦੇ ਬਿਆਨ ਲਿਖ ਕੇ ਤੇ ਸਾਹਿਬ ਨੂੰ ਪੁੱਟ ਅਪ ਕਰਤੀ ਸੀ ਸਾਹਮਣੇ ਅਗੇ ਡੀਏ ਸਾਹਿਬ ਨੂੰ ਪੁੱਟ ਅਪ ਕੀਤੀ ਹੋਈ ਹੈ ਉਹ ਜੋ ਵੀ ਉਹਦੇ ਉੱਤੇ ਉਹਨਾਂ ਦੀ ਰਾਏ ਆ ਉਹ ਵੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਊਗੀ ਦੂਸਰਾ ਸਰ ਇੱਕ ਪਿੰਡ ਦੇ ਵਿੱਚ ਕੱਲ੍ਹ ਇਕੱਠ ਹੋਇਆ ਸੀਗਾ ਦੁਬਾਰੇ ਜਿਹੜੇ ਗਰੀਬ ਲੋਕ ਨੇ ਉਹਨਾਂ ਦਾ ਉਹਨਾਂ ਨੇ ਮੀਡੀਆ ਦੇ ਸਾਹਮਣੇ ਇਹ ਡਰ ਖਾ ਜ਼ਾਹਰ ਕੀਤਾ ਵੀ ਜਿਹੜੇ ਵਿਰੋਧੀ ਧਿਰ ਦੇ ਲੋਕ ਨੇ ਉਹ ਇੱਕ ਪਿੰਡ ਦੇ ਵਿੱਚ ਇੱਕ ਅਫਵਾਹ ਫਲਾ ਰਹੇ ਨੇ ਵੀ ਮਲੇਰਕੋਟਾ ਪੁਲਿਸ ਨਾਲ ਸਾਡੀ ਜਿਹੜੀ ਆ ਪੂਰੀ ਗੱਲਬਾਤ ਹੋਈ ਵੀ ਕੋਈ ਪਰਚਾ ਦਰਜ ਨਹੀਂ ਹੁੰਦਾ ਸਾਡੇ ਤੇ ਨਾ ਹੀ ਤੁਹਾਡੇ ਤੇ ਜਿਹੜਾ ਪਰਚਾ ਦਰਜ ਹੋਇਆ ਉਹ ਰੱਦ ਹੋਊਗਾ ਇਹ ਉਹਨਾਂ ਦਾ ਡਰ ਮਤਲਬ ਜਿਹੜਾ ਇਹ ਕਿੰਨਾ ਤੱਕ ਜਾਏਗਾ ਦੇਖੋ ਗੱਲਬਾਤ ਕਿਸ ਬੰਨਜੀ ਗੱਲਬਾਤ ਇਹ ਤਾਂ ਮੈਨੂੰ ਨਹੀਂ ਪਤਾ ਹੈਗਾ ਬਟ ਜੋ ਮੈਥ ਨੂੰ ਦੱਸ ਸਕਦਾ ਅਸੀਂ ਪੂਰਾ ਕੰਮ ਆਪਦੀ ਇਮਾਨਦਾਰੀ ਨਾਲ ਕਰ ਰਹੇ ਆਂ ਸਾਡੇ ਵੱਲੋਂ ਕੋਈ ਵੀ ਫੱਕ ਹੈ ਜਿਹੜਾ ਸਾਡੇ ਉੱਤੇ ਨਾ ਤਾਂ ਦਬਾਅ ਬਣਾ ਸਕਦਾ ਨਾ ਹੀ ਸੱਚਾਈ ਨੂੰ ਦਬਾ ਸਕਦਾ ਜੋ ਸੱਚਾਈ ਹੈਗੀ ਉਹ ਹੀ ਅਸੀਂ ਕਰਾਂਗੇ ਇਹ ਤੋਂ ਬਾਹਰ ਨਹੀਂ ਜਾਵਾਂਗੇ ਅਸੀਂ ਪਰ ਉਹ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਜਿਹੜੇ ਇਹ ਜਿਹਾ ਫਾਹਾਂ ਡੋੰਦਿੰਦੇ ਇਹ ਜਿਹਾ ਫਾਹਾਂ ਫਿਲਮ ਨੇ ਹੈਗੇ ਜਿਹੜੇ ਕੋਈ ਗੱਲਬਾਤ ਹੋਈ ਹੈ ਜੇ ਕੋਈ ਇਹ ਜਿਹੀ ਗੱਲਬਾਤ ਦਾ ਉਹਨਾਂ ਕੋਲ ਕੋਈ ਪ੍ਰੂਫ ਹੈ ਜਾਂ ਕਿਹਦੇ ਨਾਲ ਹੋਈ ਹੈ ਤਾਂ ਸਾਡੇ ਪੇਸ਼ ਕਰੋ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੀ ਵੀ ਪੁਲਿਸ ਅਫਸਰ ਹੈਗਾ ਅਧਰਵਾਏ ਹੈ ਜੀ ਆਫਵਾ ਫਿਲਾਨ ਦਾ ਕੋਈ ਤੁਖ ਹੈ ਨਹੀਂ